ਸਰਦਾਰ ਭਾਈ ਆ ਵੀਰ, ਮਿਹਨਤ ਕਰ ਰਿਹਾ ਵੇਖ ਲਓ ਤੁਸੀਂ, ਨਹੀਂ ਤੇ ਅੱਜ ਕੱਲ ਦੇ ਮੁੰਡੇ ਤੇ ਵੇਖ ਲਓ ਕਿੰਨਾ ਨਸ਼ਾ ਕਰਦੇ ਨੇ, ਨਸ਼ਿਆਂ ਦੇ ਚੱਕਰ ਚ ਪਏ ਨੇ। ਹੈ ਲੈ ਭਾਈ ਦੱਸ ਬੋਲ ਕਿੰਨਾ ਕੁਲਚੇ ਦਾ ਰੇਟ, ਆ ਰੇਟ ਇਹਨੂੰ ਕਿੰਨੇ ਬੰਦੇ ਦੇ ਰਹੇ? 41 ਦਸ ਪੰਦਰਾਂ ਦੇ 20 ਰੁਪਏ ਦਾ ਕੁਲਚਾ ਬਾਈ ਦਾ। ਨਵੀਂ ਰੇੜੀ ਲਾਈ ਬਾਈ ਨੇ, ਦੇਖ ਲਓ ਕਿਵੇਂ ਇੱਕ ਹੋਰ ਬਾਈ ਲੈਣ ਆਇਆ ਇਹਦੇ ਤੋਂ। ਠੀਕ ਆ, ਬਾਈ ਜੀ ਸਰਦਾਰ ਭਰਾ ਹੈ, ਜੇ ਕੋਈ ਇਹੋ ਜਿਹਾ ਕੰਮ ਕਰਦਾ ਤੇ ਉਹਨੂੰ ਐਪਰੀਸ਼ੀਏਟ ਕਰਿਆ ਕਰੋ ਵੱਧ ਤੋਂ ਵੱਧ। ਹਾਂ ਬਾਈ, ਦੂਜੇ ਵੀ ਬੜੇ ਆ, ਮੋਨੇ ਘੋਨੇ ਵੀ ਬੜੇ ਰੇੜੀ ਲਾਉਂਦੇ ਆ। ਹੈਂ ਬੋਲ, ਉੱਚੀ ਬੋਲ। ਮਿਹਨਤ ਕਰਨ ਦਾ ਕੋਈ ਚੱਕਰ ਨੀ ਹੈਨਾ ਬਾਈ, ਜਿੱਥੇ ਮਰਜ਼ੀ ਹੋਏ ਕੋਈ ਵੀ ਹੋਏ ਹੈਨਾ। ਕਿੰਨਾ ਚਿਰ ਵਿਹਲਾ ਰਿਹਾ ਪਹਿਲਾਂ? ਅੱਛਾ, ਹੁਣ ਕਿੰਨੇ ਪੈਸੇ ਬਣਾ ਲੈਣਾ ਇੱਕ ਦਿਨ ਦੇ? 1500 ਰੁਪਿਆ ਛਾਪ ਦਿੰਦਾ ਬਾਈ। ਵਧੀਆ ਵੀਰ ਭੁਪਿੰਦਰ ਜੀ, ਮਨਪ੍ਰੀਤ, ਰਾਜੂ ਜੀ, ਵਧੀਆ ਠੀਕ ਠਾਕ, ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ? ਬਾਈ ਜੀ ਇਹ ਬਾਈ ਤੋਂ ਸਿੱਖਣਾ ਚਾਹੀਦਾ ਆਪਾਂ ਨੂੰ, ਦੇਖ ਲਓ ਇਹ ਬਾਈ ਨੇ ਹਜੇ ਹੁਣ ਨਵੀਂ ਰੇੜੀ ਲਾਈ ਆ। ਬਾਈ ਕਹਿੰਦਾ ਵੀ ਜਿਹੜੇ 8 ਮਹੀਨੇ ਹੋ ਗਏ ਬਾਈ ਨੂੰ। ਅੱਛਾ, ਗੁੱਡ ਯਾਰ, ਸੋਹਣਾ ਕੰਮ ਚੱਲ ਪਿਆ ਵੀਰ ਦਾ। ਸਵੇਰ ਤੋਂ ਸ਼ਾਮ ਤੱਕ ਵੀਰ, ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ? 9 ਤੋਂ 11 ਵਜੇ ਤੱਕ ਬਾਈ ਲਾਂਦਾ ਬਾਈ ਰੇੜੀ। ਕਲਾਰਾਂ ਪਿੰਡ ਤੋਂ ਹੁੰਦਾ ਬਾਈ, ਸਮਾਣੇ ਸ਼ਹਿਰ ਵਾ ਬੰਦਾ ਕੰਮ ਕਰਨਾ। ਇਹ ਬਾਈ ਜੀ ਦੇ ਫਾਦਰ ਸਾਹਿਬ ਨੇ, ਇਹ ਵੇਖ ਲੋ ਕਮਾਲ ਹੈ ਯਾਰ, ਇਹੋ ਜਿਹੇ ਬੰਦੇ ਹੋਣੇ ਚਾਹੀਦੇ ਨੇ ਵੀਰ, ਸਰਦਾਰ ਹੋਣ ਤੇ ਇਹੋ ਜਿਹਾ ਕੰਮ ਕਰਨਾ ਚਾਹੀਦਾ ਬੰਦੇ ਨੂੰ। ਹੋਰ ਜੀ ਅੰਕਲ ਜੀ ਠੀਕ ਠਾਕ ਹੋ? ਮੌਜਾਂ ਹੋ ਰਹੀਆਂ, ਕਿਰਪਾ ਬਾਬੇ ਦੀ, ਦੇਖ ਲੋ ਇਹਨਾਂ ਨੂੰ ਕੋਈ ਉਹ ਨੀ ਜੀ, ਆਪਣੇ ਤੇ ਮਾਣ ਹੈ ਇਹਨਾਂ ਨੂੰ ਪੂਰਾ, ਸਰਦਾਰ ਹੈ, ਕੋਈ ਸ਼ਰਮ ਵਾਲੀ ਜਾਂ ਕੋਈ ਇਹੋ ਜਿਹੀ ਕੋਈ ਗੱਲ ਨੀ ਹੈ। ਹਾਂ ਅੱਛਾ ਜੀ, ਦੇਖਿਆ ਮਿਹਨਤ ਕਰਦੇ ਨੇ ਬਾਈ ਜੀ, ਬਹੁਤ ਵਧੀਆ ਵੀਰ ਜੀ, ਕੰਮ ਕਰਨ ਦਾ ਕੋਈ ਮਿਹਣਾ ਨੀ, ਸਹੀ ਗੱਲ ਆ ਬਾਈ। ਹੈ ਕਿਵੇਂ ਜੀ? ਅੱਛਾ ਜੀ, ਹਾਂ ਬਾਈ ਜੀ ਕਹਿ ਰਹੇ ਨੇ, ਕਹਿੰਦੇ ਵੀ ਜੇ ਕੋਈ ਲੈਮਨ ਪੀਂਦਾ ਨਾ ਯਾਦ ਕਰਦਾ ਬਈ ਸਾਡੇ ਤੋਂ ਪੀ ਕੇ ਗਏ ਸਰਦਾਰ ਜੀ ਤੋਂ ਇੱਥੋਂ, ਦੇਖ ਲਓ ਤੁਸੀਂ। ਹਾਂ ਵੀਰ ਜੀ ਇਹੀ ਗੱਲਾਂ ਨੇ, ਇਹੋ ਜਿਹਾ ਬਾਈ ਜੇ ਤੁਹਾਨੂੰ ਮਿਲਦਾ ਕੋਈ ਸਰਦਾਰ ਭਰਾ ਹਨਾ, ਦੇਖੋ ਬਾਈ ਜੀ ਹੁਣ ਚਲਾਇਆ, ਦੇਖੋ ਆਪਾਂ ਨੂੰ 70 ਬੰਦੇ ਦੇਖ ਰਹੇ ਨੇ ਇਹਦੇ ਉੱਤੇ ਹਨਾ। ਬਾਈ ਜੀ ਜੇ ਕੋਈ ਤੁਹਾਨੂੰ ਮਿਲਦਾ ਵੀਰ, ਰਿਕਵੈਸਟ ਹੀ ਆ ਇਹਨਾਂ ਕੋਲ ਹੀ ਆਇਆ ਕਰੋ, ਇਹਨਾਂ ਨੂੰ ਸਪੋਰਟ ਕਰਿਆ ਕਰੋ, ਕਿਉਂਕਿ ਕੰਮ ਕੋਈ ਮਾੜਾ ਚੰਗਾ ਨਹੀਂ ਹੈਗਾ, ਕੰਮ ਸਾਰੇ ਬਹੁਤ ਵਧੀਆ। ਪਲੀਜ਼ ਇਹਨਾਂ ਦੀ ਸਪੋਰਟ ਕਰਿਆ ਕਰੋ। ਚੰਗਾ ਬਾਈ ਜੀ, ਓਕੇ ਜੀ, ਸਤਿ ਸ੍ਰੀ ਅਕਾਲ ਜੀ। ਚੰਗਾ ਬਾਈ, ਓਕੇ। ਆ ਮੁੰਡਾ ਕਹਿ ਰਿਹਾ ਭੁਪਿੰਦਰ ਸਿੰਘ, ਕਹਿੰਦਾ ਸਾਡੇ ਮੁੰਡੇ ਦਾ ਅੱਜ ਕੱਲ ਨਸ਼ੇ ਪਾਸੇ ਪਏ ਨੇ, ਕਹਿੰਦਾ ਕੰਮ ਕਰਕੇ ਕੋਈ ਰਾਜੀ ਨੀ ਭੁਪਿੰਦਰ ਸਿੰਘ ਕਹਿੰਦਾ। ਗਗਨਵੀਰ ਕਹਿੰਦਾ ਕਿੱਥੇ ਬਾਈ ਜੀ, ਇਹ ਸਮਾਣੇ ਸ਼ਹਿਰ ਦੇ ਵਿੱਚ ਚੁੰਗੀ ਦੇ ਉੱਤੇ ਆ ਦੁਕਾਨ, ਸਹਿਜਪੁਰਾ ਚੁੰਗੀ ਆ ਸਮਾਣੇ ਸ਼ਹਿਰ ਦੇ ਵਿੱਚ, ਉੱਥੇ ਕੰਮ ਸ਼ੁਰੂ ਕੀਤਾ ਬਾਈ, ਪਿਓ ਪੁੱਤ ਨੇ ਕੰਮ ਸ਼ੁਰੂ ਕੀਤਾ। ਇੱਧਰ ਦੇਖੋ ਇਹ ਮੁੰਡੇ ਨੇ ਰੇੜੀ ਲਾਈ ਕੁਲਚਿਆਂ ਦੀ, ਤੇ ਇਹਦੇ ਉਹ ਫਾਦਰ ਸਾਹਿਬ ਨੇ, ਇਹਨਾਂ ਨੇ ਲੈਮਨ ਸੋਲੀ ਲੈਮਨ ਸੋਡਾ ਤੇ ਬਨਾਨਾ ਸ਼ੇਕ, ਮੈਂਗੋ ਸ਼ੇਕ, ਬੂੰਦ ਕਤੀਰੇ ਵਾਲੀ ਸਕੰਜਮੀ ਵਧੀਆ, ਤੇ ਆਹ ਇੱਧਰ ਬਾਈ ਨੇ ਲਾਈ ਆ, ਬੜੇ ਸਵਾਦ ਕੁਲਚੇ ਤੁਹਾਡੇ ਸੋਲੀ ਦੇ ਆ ਬਾਈ ਇੱਥੇ। ਸੋ ਵੀਡੀਓ ਵੱਧ ਤੋਂ ਵੱਧ ਇਹਨੂੰ ਵੀਡੀਓ ਨੂੰ ਸ਼ੇਅਰ ਕਰਕੇ ਇਹੋ ਜਿਹੇ ਬੰਦਿਆਂ ਦੀ ਸਪੋਰਟ ਜ਼ਰੂਰ ਕਰਿਆ ਕਰੋ। ਮਮਤਾ ਦੁੱਗਲ ਕੁਮਾਰ ਗੋਡਾ ਵੀਰ ਜੀ, ਥੈਂਕ ਯੂ, ਬਹੁਤ ਜੁੜਨ ਲੱਗ ਗਏ ਹੁਣ ਵੱਧ ਕੇ ਦੇ। ਇਹ ਬਾਈ ਕਹਿ ਰਿਹਾ ਕਹਿੰਦਾ ਬਾਹਰ, ਮੈਨੂੰ ਕਹਿ ਰਹੇ ਸੀ ਬਾਹਰ ਭੇਜ ਦਿੰਦੇ ਆ, ਇਹ ਕਹਿੰਦੇ ਉਰੇ ਹੀ ਬਾਹਰ ਆ, ਉਰੇ ਹੀ ਮਿਹਨਤ ਕਰਦੇ ਆ।
ਉਰੇ ਕੈਨੇਡਾ ਬਾਈ ਘਰ ਸ਼ਾਮ ਨੂੰ ਘਰ ਤਾਂ ਚਲੇ ਜਾਂਦੇ ਆ ਬੰਦਾ ਹੈ ਨਾਲੇ ਸਰਦਾਰੀ ਆ ਨਾ ਕੰਮ ਕੋਈ ਵੱਡਾ ਛੋਟਾ ਨੀ ਵੀਰ ਵੀਰ ਜੀ ਇਹ ਜਿਹੜੇ ਮੁੰਡੇ ਨਸ਼ੇ ਨੁਸ਼ੇ ਕਰਦੇ ਆ ਜਾਂ ਜਿਹੜੇ ਵਿਹਲੜ ਆ ਜਿਹੜੇ ਕਹਿੰਦੇ ਆ ਵੀ ਸਾਨੂੰ ਵਧੀਆ ਕੰਮ ਮਿਲੂਗਾ ਜਾਂ ਅਸੀਂ ਬਾਹਰ ਜਾਣਾ ਨੌਕਰੀ ਨੌਕਰੀ ਸਰਕਾਰਾਂ ਕੋਈ ਨੀ ਹੁੰਦੀਆਂ ਆਪਣੇ ਕੰਮ ਛੇੜੋ ਆਪਣੇ ਕੰਮ ਦਾ ਆਂਬਲਾ ਮਾਰੋ ਹਾਂ ਸਰਕਾਰ ਸਰਕਾਰਾਂ ਨੌਕਰੀ ਹਾਂ ਠੀਕ ਆ ਬਾਈ ਜੀ ਸਰਕਾਰਾਂ ਦੇ ਚੱਕਰ ਚ ਨਾ ਰਹੋ ਭੁੱਖੇ ਮਰੋਗੇ ਤੇ ਇਹਨਾਂ ਵੀਰਾਂ ਨੂੰ ਕੰਮ ਸ਼ੁਰੂ ਕਰੋ ਆਪਣਾ ਜਿੰਨਾ ਹੋ ਸਕਦਾ ਬਾਹਰੋਂ ਆ ਕੇ ਜਿਹੜੇ ਬਿਹਾਰ ਦੇ ਵਿੱਚੋਂ ਭਈਏ ਆ ਰਹੇ ਆ ਯੂਪੀ ਦੇ ਵਿੱਚੋਂ ਆਉਂਦੇ ਆ ਆਪਣੇ ਸਹੀ ਗੱਲ ਆ ਵੀਰ ਬਾਈ ਦੀ ਇਸ ਵੀਡੀਓ ਵਿੱਚ ਇੰਨਾ ਹੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਣੀ ਮੋਬਾਈਲ ਸਕਰੀਨ ਉੱਪਰ ਪਾਉਣ ਲਈ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾਓ ਤੁਹਾਡਾ ਦਿਨ ਸ਼ੁਭ ਰਹੇ ਧੰਨਵਾਦ